ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜਿਤਵਾਰ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ ਦੇ ਨਾਮਵਰ ਤੇ ਮਾਸ਼ਾਅੱਲਾ ਜੀ ਮਸ਼ਹੂਰ ਵਪਾਰੀ ਆਸਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਇੱਕ ਦਫਾ ਫੇਰ ਆ ਗਏ ਨੇ ਤੇ ਛਾ ਗਏ ਨੇ ਦੋਸਤਾਂ ਵਾਸਤੇ 6 ਟਾਪ ਕਲਾਸ ਆਲਾ ਨਸਲ ਦੀਆਂ ਖੂਬਸੂਰਤ ਗਾਵਾਂ, ਇਸ ਤੋਂ ਇਲਾਵਾ 2 ਖਾਂਗੜ ਮੱਝਾਂ ਵੀ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 1,65,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਡੋਗਰ ਸਾਹਿਬ ਬਾਬੂ ਜੀ ਸਾਹਮਣੇ ਜੀ, ਅਸਲਾਮੁ ਅਲੈਕੁਮ। ਅੱਲਾਹ ਪਾਕ ਦਾ ਬੜਾ ਸ਼ੁਕਰ ਹੈ, ਉਹਦੀ ਜ਼ਾਤ ਦਾ ਕਰਮ ਹੈ। ਡੋਗਰ ਸਾਹਿਬ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ, ਸ਼ੁਕਰ ਅਲਹਮਦੁਲਿਲਾ। ਉਮੀਦ ਕਰਨੇ ਸਾਰੇ ਦੋਸਤ ਅਹਿਬਾਬ ਖੈਰ ਖੇਰ ਨਾਲ ਹੋਣਗੇ। ਤੇ ਯਾਰ ਮਸਲਾ ਕਿ ਬਣਿਆ, ਅਕਸਰ ਕਚਹਿਰੀ ਕਚੂਰੀ ਹੋਣ ਜਾਈਦਾ, ਝਗੜਾ ਇੱਕ ਹੋਇਆ ਤੇ ਉਹਦੀ ਵਜ੍ਹਾ ਤੋਂ ਮਸਰੂਫ ਰਹਿੰਦਾ, ਨਹੀਂ ਕਿਸੇ ਦੀ ਕਾਰ ਰਸੀਵ ਹੁੰਦੀ। ਅਤੇ ਬਹੁਤ ਜ਼ਿਆਦਾ ਦੋਸਤ ਨੇ ਯਾਰ ਆਪੀ ਕੋਸ਼ਿਸ਼ ਕਰਕੇ, ਜਿਹਦੀ ਕਾਲ ਹੋਈ ਹੈ ਆਈ ਹੋਈ, ਉਹਨੂੰ ਬੈਕ ਕਾਲ ਕਰੀ ਦੀਏ ਕਿ ਯਾਰ ਤੁਹਾਡੀ ਕਾਲ ਆਈ ਸੀ। ਅਤੇ ਜੇ ਫਿਰ ਵੀ ਅਗਰ ਕਿਸੇ ਦੀ ਕਾਲ ਨਾ ਰਸੀਵ ਹੋਏ ਜਾਂ ਵਾਇਸ ਦਾ ਨਾ ਜਵਾਬ ਦਿੱਤਾ ਜਾਏ ਤਾਂ ਮੈਂ ਉਹਦੀ ਮਾਂ ਬੱਚਾ ਨਾ ਮੇਰੀ ਵੀਡੀਓ ਬਣਦੀ ਹੋਊਗੀ। 3 ਸਾਲ ਹੋ ਗਏ ਨੇ ਅਤੇ 3 ਸਾਲਾਂ ਦੇ ਵਿੱਚ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇ ਸਕਦਾ, ਕੋਈ ਇਹ ਨਹੀਂ ਕਹਿ ਸਕਦਾ ਕਿ ਤੁਹਾਡੀ ਸ਼ਿਕਾਇਤ ਤੁਸੀਂ ਕਾਲ ਨਹੀਂ ਰਸੀਵ ਕੀਤੀ। ਅਗਰ ਕਿਸੇ ਨੇ ਰਾਤ ਨੂੰ 2-2:30 ਵਜੇ ਵੀ ਕਾਲ ਕੀਤੀ ਤਾਂ ਉਹਦੀ ਕਾਲ ਰਸੀਵ ਹੋਈ ਹੈ, ਜ਼ਿੰਦਾਬਾਦ। ਅਤੇ ਸੁਬਾ ਵੀ ਕੀਤੀ ਉਹਦੀ, ਮੈਂ ਅੱਜ ਤੱਕ ਮੋਬਾਈਲ ਕਦੀ ਸਾਇਲੈਂਟ 'ਤੇ ਨਹੀਂ ਲਾਇਆ ਹੈ ਜਾਂ ਬੰਦ ਕਰਕੇ ਨਹੀਂ ਸੁੱਤਾ। ਅਤੇ ਥਾਣੇ ਕਚਹਿਰੀਆਂ ਦਾ ਤੁਹਾਨੂੰ ਪਤਾ ਜਿਹੜੇ ਸਿਸਟਮ ਨੇ, ਉੱਥੇ ਮੋਬਾਈਲ ਬੈੱਲ ਬੰਦ ਹੁੰਦੀ ਹੈ, ਕਿਤੇ ਬੈਠਿਆਂ ਹੋਈਦਾ ਅਤੇ ਇਸ ਵਜ੍ਹਾ ਤੋਂ ਕਾਲ ਨਹੀਂ ਰਸੀਵ ਹੁੰਦੀ। ਅਤੇ ਜੇ ਕਿਸੇ ਦੋਸਤ ਦੀ ਵਾਇਸ ਦਾ ਜਵਾਬ ਨਾ ਦਿੱਤਾ ਗਿਆ ਜਾਂ ਕਾਲ ਨਾ ਰਸੀਵ ਹੋਈ, ਉਹਦੇ ਕੋਲ ਮੈਂ ਮਾਜ਼ਰਤ ਚਾਹੁੰਦਾ ਵਾਂ। ਅਤੇ ਇੱਕ ਚੀਜ਼ ਕਹਾਂਗਾ ਸਾਰਿਆਂ ਦੋਸਤਾਂ ਨੂੰ, ਪਿਛਲੀ ਵੀਡੀਓ ਬਣੀ ਹੈ ਮਾਸ਼ਾਅੱਲਾ ਚੰਗੀ ਚੱਲੀ ਸੀ, ਮਾਲ ਅੱਲਾਹ ਤਾਲਾ ਜ਼ਾਤ ਵਿੱਚ ਹੈ, ਸੋਹਣੇ ਮਾਲਕ ਦਾ ਲੱਖ ਲੱਖ ਸ਼ੁਕਰ ਹੈ। ਅਤੇ ਗਾਵਾਂ ਵੀ ਚੰਗੀਆਂ ਸਨ। ਕੋਸ਼ਿਸ਼ ਕਰੀ ਦੀ ਹੈ ਕਿ ਅਸੀਂ ਜਿਹੜੇ ਯੂਟਿਊਬ 'ਤੇ ਮਾਂ ਵੀਡੀਓ ਬਣਵਾਉਂਦੇ ਹਾਂ, ਮਕਸਦ ਇਹ ਹੁੰਦਾ ਕਿ ਅੰਦਰੂਨੇ ਮੁਲਕ ਜਿਹੜੇ ਭੈਣ ਭਰਾ ਨੇ ਜਾਂ ਅੰਦਰੂਨੇ ਮੁਲਕ ਜਿਹੜੇ ਨਹੀਂ ਅੱਗੇ ਪਿੱਛੇ ਮੰਡੀਆਂ ਜਾ ਸਕਦੇ ਜਾਂ ਨਿਕਲ ਸਕਦੇ, ਉਹਨਾਂ ਨੂੰ ਚੰਗੇ ਤੋਂ ਚੰਗਾ ਜਾਨਵਰ ਚੈੱਕ ਕਰਵਾਈਏ, ਅੱਛੇ ਤੋਂ ਅੱਛਾ ਸ਼ੌਕ ਕਰਵਾਈਏ। ਅਤੇ ਮੈਂ ਉਸ ਬੰਦੇ ਕੋਲੋਂ ਆਪ ਖਰੀਦਦਾਰ ਹੋਵਾਂਗਾ, ਮੈਂ ਆਪਣੇ ਘਰ ਵਾਸਤੇ ਗਰਲੈਂਡੋ ਗਾਂ ਲੈਣੀ ਹੈ। ਅਗਰ ਕੋਈ ਵੀ ਭਰਾ ਦੋਸਤ ਪਿਓਰ ਗਰਲੈਂਡੋ ਨਹੀਂ, ਪਿਓਰ ਨਹੀਂ, ਪਿਓਰ ਤਾਂ ਹੁੰਦੀ ਹੀ ਨਹੀਂ ਨਾ ਸਿਆਲਕੋਟ, ਮੇਰੇ ਤੋਂ ਇਲਾਵਾ ਕਿਸੇ ਨੇ ਵੀਡੀਓ ਦੇ ਵਿੱਚ, ਮੈਂ ਇੱਕ ਵੀਡੀਓ 'ਚ ਗਰਲੈਂਡੋ ਗਾਂ ਪਾਈ, ਉਹ ਵੀ ਪਿਓਰ ਨਹੀਂ ਸੀ, 4:8 ਸੀ, ਫ੍ਰੀਜ਼ਿੰਗ ਦਾ ਗਰਲੈਂਡੋ ਕਰਾਸ ਸੀ। ਅਗਰ ਕੋਈ ਵੀ ਦੋਸਤ ਮੈਨੂੰ 50-50 ਵੀ ਗਰਲੈਂਡੋ ਗਾਂ ਦੇਗਾ, ਪੈਸੇ ਉਹਨੇ ਜਿਹੜੇ ਮੰਗੇ ਹੋਣਗੇ, ਮੈਂ ਉਦੋਂ ਵੀ 3 ਲੱਖ ਰੁਪਇਆ ਵੱਧ ਐਲਾਨ ਹੈ ਚੈਲੇਂਜ ਨੇ, ਤੋਬਾ ਮੇਰੀ ਅਸਰ ਨੌਜ਼ਬਿੱਲਾ ਮਾਫ ਕਰੀ, ਚੈਲੇਂਜ ਨੇ ਕਿਸੇ ਨੂੰ ਕਰਦਾ, ਐਲਾਨ ਹੈ ਕਿਸੇ ਕੋਲੋਂ ਵੀ ਹੋਏ ਜਿਹੜਾ ਉਹਨੇ ਮੁੱਲ ਪਾਇਆ ਹੋਏਗਾ, ਉਦੋਂ 3 ਲੱਖ ਰੁਪਇਆ ਵੱਧ ਮੈਂ ਗਾਂ ਲਵਾਂਗਾ। ਜ਼ਬਰਦਸਤ, ਇਹ 2.5-3-4 ਲੱਖ ਰੁਪਏ ਦੀ, 5-6-7 ਲੱਖ ਦੀ ਵੀ ਨਹੀਂ ਗਰਲੈਂਡੋ ਲੱਭਦੀ ਹੈ, 7 ਲੱਖ ਰੁਪਏ ਦੀ ਵੀ ਗਰਲੈਂਡੋ ਗਾਂ ਨਹੀਂ ਲੱਭਦੀ ਹੈ। ਗਰਲੈਂਡੋ ਜਿਹੜੀ ਉਹ ਬਾਹਰੋਂ ਇੰਪੋਰਟ ਅਮਰੀਕਾ ਤੋਂ ਹੁੰਦੀ ਹੈ ਅਤੇ 10 ਲੱਖ ਰੁਪਏ ਦੀ ਹੁੰਦੀ ਹੈ, ਅਤੇ ਉਹਦਾ ਸੀਮਨ ਹਾਈਆ ਜਿਹੜਾ ਨਾ, ਕਹਿੰਦੇ ਨੇ ਕਿ ਸੀਮਨ ਗਰਲੈਂਡੋ ਦਾ ਵੱਛੀ ਵਾਲਾ ਆਇਆ ਸੀ, ਸੀਮਨ ਲਗਵਾ ਕੇ, ਗਰਲੈਂਡੋ ਦਾ ਸੀਮਨ ਵੀ ਨਹੀਂ ਹੈਗੀ ਤਾਂ ਵੱਛੀ ਵਾਲਾ ਹੈ, ਝੂਠ ਹੀ ਹੈ, ਜਿੰਨਾ ਵਧਾਉਣਾ ਉਹਨੂੰ ਵਧਾਈ ਜਾਓ। ਇਹ ਜਿਹੜੇ ਅਕਸਰ ਬੰਦੇ ਕਹਿੰਦੇ ਨੇ, ਇਹ ਜਿਹੜੇ ਵੀਡੀਓ ਵਹਿੰਦੇ ਨੇ ਉਹ ਕੀ ਨਾਲ ਇਹਦਾ, ਇੱਕ ਬੰਦੇ ਦੀ ਮੇਰੇ ਨਾਲ ਗੱਲ ਹੋਈ, ਮੈਂ ਕਿਹਾ ਯਾਰ ਇੰਜ ਨਹੀਂ ਤਾਂ ਇੰਜ, ਉਹਨੇ ਕਿਹਾ ਯਾਰ ਭੋਲੇ ਪੰਛੀ ਨੇ ਇਹਨਾਂ ਨੂੰ ਕੀ ਪਤਾ ਹੁੰਦਾ, ਇਹ ਨਹੀਂ ਯਾਰ ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਬਿਹਤਰ ਪਤਾ, ਜਿਹਨੂੰ ਸ਼ਨਾਖਤ ਉਹ ਕਮੈਂਟ ਕਰਕੇ ਲਾਜ਼ਮੀ ਦੱਸਦਾ। ਅਤੇ ਯਾਰ ਇੱਡੇ ਸ਼ਦਾਈ ਨਾ ਜਿਹੜੇ ਵੀਡੀਓ ਵਹਿੰਦੇ ਨੇ ਉਹਨਾਂ ਨੂੰ ਸਮਝਿਆ ਕਰੋ। ਮੈਂ ਸਰਗੋਧੇ ਅਗਲੇ ਦਿਨ ਇੱਕ ਦੋਸਤ ਭਰਾ ਦੀ ਵੀਡੀਓ ਵੇਖਣ ਦਿਆਂ ਹਾਂ,
ਉਹ ਸਿੱਧੀ ਸਿੱਧੀ ਸਾਫ਼ ਨਜ਼ਰ ਆਉਂਦੀ ਹੈ, ਡੱਬੀ ਗਾਂ ਜਾਂ ਕਾਲੀ ਗਾਂ ਬੰਨ ਤੋਂ ਬਗੈਰ ਸੋਹਣੀ ਝੁੰਗੀ ਗਾਂ, ਉਹ ਕਿੱਥੋਂ ਗਰਲੈਂਡੋ ਆ ਗਈ। ਤਈਬ ਸਾਹਿਬ ਪੁਆਇੰਟ ਨੋਟ ਕਰਨ ਵਾਲਾ ਜੀ ਜੀ, ਅਤੇ ਸਾਡੇ ਜਿਹੜੇ ਦੋਸਤ ਭਰਾ ਵਹਿੰਦੇ ਹੁੰਦੇ ਨੇ ਉਹ ਵੀ ਮੰਨ ਜਾਂਦੇ ਨੇ ਸਾਡੇ ਵਪਾਰੀ, ਇਹ ਵੀ ਕਿ ਯਾਰ ਆਪਣਾ ਸੌਦਾ ਵੇਚਣ ਵਾਸਤੇ ਚੀਜ਼ ਵੇਚਣ ਵਾਸਤੇ ਝੂਠ ਆਉਣ। ਮਾਰੋ ਮੈਂ ਹੁਣ ਇੱਕ ਅਗਲੇ ਦਿਨ ਗਾਈ ਵੇਚੀ ਹੈ, ਇੱਥੋਂ ਨੇ ਚੇਲੇ ਕਹਿਣ ਤੋਂ ਚਾਚੇ ਹੋਰੀ ਨਾਲ ਆਏ ਸਨ, ਗਾਂ ਇੱਥੇ ਚੋ ਕੇ ਲੈ ਗਏ ਨੇ, ਗਾਂ ਕੋ ਦੁੱਧ ਵੀ ਚੰਗਾ ਸੀ, ਗਾਂ ਬਿਲਕੁਲ ਠੀਕ ਸੀ, ਤੰਦਰੁਸਤ ਸੀ, ਲੈ ਗਏ ਨੇ। ਕਿਉਂ 5 ਦਿਨਾਂ ਬਾਅਦ ਜਾ ਕੇ ਫੋਨ ਕੀਤਾ ਨੇ ਜੀ ਗਾਂ ਬਿਮਾਰ ਹੋ ਗਈ। ਮੈਂ ਕਿਹਾ ਯਾਰ ਮੇਰਾ ਤਾਂ ਨਹੀਂ ਇਹਦੇ 'ਚ ਕੋਈ ਗੁਨਾਹ ਹੈ, ਜ਼ਿੰਦਗੀ ਮੌਤ ਜਿਹੜੀ ਜ਼ਿੰਦਗੀ ਉਹ ਮੌਤ ਦੀ ਅਮਾਨਤ ਹੈ, ਹੈ ਕਿ ਨਹੀਂ? ਹਾਂਜੀ ਗੱਲ, ਤੁਸੀਂ ਮੇਰੇ ਨਾਲ ਨਾਰਾਜ਼ ਹੋ ਜੀ ਮੇਰੀ ਗੱਲ 'ਚ ਹਾਮੀ ਨਹੀਂ ਭਰ? ਨਹੀਂ ਸਰ, ਸਹੀ ਕਹਿ ਰਹੇ, ਜ਼ਿੰਦਗੀ ਮੌਤ ਦੀ ਅਮਾਨਤ ਹੈ, ਜਿਹੜਾ ਆਇਆ ਉਹਨੇ ਜਾਣਾ। ਅਤੇ ਯਾਰ ਜੇ ਡੰਗਰ ਕੋਈ ਬਿਮਾਰ ਹੋਈਏ ਫਿਰ ਕੋਈ ਵਿੱਚ ਤਾਂ ਵੜਿਆ ਨਹੀਂ ਹੁੰਦਾ, ਆਪਣੇ ਸਾਹਾਂ ਦੀ ਵੀ ਨਹੀਂ ਤਈਬ ਸਾਹਿਬ ਗਰੰਟੀ ਹੁੰਦੀ। ਅਤੇ ਫਿਰ ਸਾਰਿਆਂ ਦੋਸਤਾਂ ਅੱਗੇ ਰਿਕੁਐਸਟ ਕਰਾਂਗੇ ਯਾਰ ਜਿਹੜੇ ਸ਼ੌਪ ਕਰਵਾਉਂਦੇ ਹੋ ਨਾ, ਅਸੀਂ ਤਾਂ ਇਹ ਵੀ ਕਿ ਗਾਈਂ ਸਾਡੇ ਕੋਲ ਚੰਗੀ ਲਈ ਹੀ ਨਹੀਂ ਜਾਂਦੀ, ਮਾੜੀ ਮੋਟੀ ਲੈਂਦੇ ਹਾਂ, ਅਤੇ ਜਿੰਨੇ ਕੁ ਜੋ ਕਿ ਐਵ ਉਹਨਾਂ ਕੁ ਸ਼ੌਕ ਭਰਾਵਾਂ ਨੂੰ ਕਰਵਾਉਂਦੇ ਹਾਂ। ਅਤੇ ਜਿਹੜੇ ਦੋਸਤ ਵੀਡੀਓ ਬਣਵਾਉਂਦੇ ਨੇ ਸਾਰਿਆਂ ਅੱਗੇ ਅਪੀਲ ਹੈ ਕਿ ਯਾਰ ਕੋਸ਼ਿਸ਼ ਕਰਕੇ ਚੰਗਾ ਜਾਨਵਰ ਲੈ ਕੇ ਆਇਆ ਕਰੋ। ਮੈਂ ਵੀ ਲਿਆ ਕੇ 10-15 ਵੀ ਬਣ ਸਕਣਾ ਢੱਗੀਆਂ ਡੁੱਗੀਆਂ, ਇਹ ਨਹੀਂ ਕਿ ਉਹ ਵਿਕਦੀਆਂ ਬਹੁਤੀਆਂ ਨੇ ਅਤੇ ਜਿੰਨੀਆਂ ਵਿਕਦੀਆਂ ਨੇ ਉਦੋਂ ਡਬਲ ਉਹਨਾਂ ਦੇ ਲਾਵੇ ਹੁੰਦੇ ਨੇ। ਭਾਈ ਫਰਹਾਦ ਘੁੰਮਣ ਸਾਹਿਬ ਨੇ, ਭਾਈ ਜ਼ਬੀ ਘੁੰਮਣ ਸਾਹਿਬ ਨੇ, ਜਿੰਨੇ ਵੀ ਦੋਸਤ ਸਾਡੀ ਵੀਡੀਓ ਵੇਖਦੇ ਨੇ ਉਹਨਾਂ ਦੀ ਕਮੈਂਟ ਕਰਦੇ ਨੇ, ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਉਹਨਾਂ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਾਂਗਾ। ਅਤੇ ਫਿਰ ਤੋਂ ਇੱਕ ਵਾਰੀ ਮੈਂ ਮਾਜ਼ਰਤ ਕਰਨਾ ਜਿਹੜੇ ਦੋਸਤ ਦੀ ਕਾਲ ਨਾਲ ਰਿਸੀਵ ਹੋਏ, ਇੰਨੇ ਨਾਲ ਜ਼ਿਆਦਾ ਚਾਹੁੰਦੇ ਅਤੇ ਮਾਲਦਾਨ ਸ਼ੌਕ ਕਰਵਾਈਏ। ਇਹ ਲੋਕੇਸ਼ਨ ਹੈ ਜੀ ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ, ਪਿੰਡ ਦਾ ਨਾਮ ਪੀਰੋਚੱਕ। ਅਤੇ ਸਬਰ ਸਾਹਿਬ ਤੁਹਾਡੇ ਅੱਗੇ ਵੀ ਰਿਕੁਐਸਟ, ਹੁਣ ਜ਼ਰਾ ਫੋਕਸ ਆਪਣੇ ਕੰਮ ਵੱਲ ਕਰਨਾ ਅਤੇ ਜਿਹੜਾ ਕੋਈ ਪਿਆਰ ਮੁਹੱਬਤ ਬਾਅਦ 'ਚ ਕਰ ਲਾਂਗੇ। ਆ ਗਈ ਹੈ ਜੀ ਵਾਰਡ ਨੰਬਰ 1, ਗੱਬਣ ਹੈ ਜੀ ਜੀ ਭਾਈ ਫਰਾਦ ਭੋਲਾ ਸਾਹਿਬ, ਤੁਸੀਂ ਜ਼ਰਾ ਤਵੱਜੋ ਕਰਿਓ, ਮਿਹਰਬਾਨੀ ਕਰਿਓ, ਤੁਹਾਨੂੰ ਮਸਤੀ ਚੜੀ ਹੈ। ਵੀਰ ਘਰ ਚੜੀ ਗਈ ਇਸ ਵੈੜੀ ਦਾ ਨਾ ਕੋਈ 17-18 ਕਿਲੋ ਦਾ ਰਿਕਾਰਡ ਹੈ ਪਿਛਲੇ ਸੂਏ ਦਾ ਜੀ ਜੀ, ਅਤੇ ਹਈਏ 7-8 ਦਿਹਾੜੇ ਨਹੀਂ ਛੁੰਦੀ। ਇਹ ਦੂਸਰਾ ਸੂਆ ਉਹਨਾਂ ਨੇ ਸੁਣਿਆ, ਦੂਸਰਾ ਸੂਆ ਸੁਣਿਆ, ਇੱਧਰ ਸਾਈਡ ਤੋਂ ਆ ਕੇ ਥੜ ਚੈੱਕ ਕਰਾਓ ਕਿੰਨਾ ਸੋਹਣਾ ਪਾ ਵਾਲਾ ਕਾਲਾ। ਬਾਈ ਸਬਰ, ਇੱਥੇ ਅੰਜ ਸਿੱਧੀ ਕਰੋ, ਇੱਥੇ ਸਿੱਧੀ ਕਰੋ। ਲਓ ਜੀ ਦੋਸਤੋ, ਵੈੜ ਨੰਬਰ 1 ਆ ਗਈ ਹੈ, ਗੱਬਣ ਹੈ ਮਾਸ਼ਾਅੱਲਾ ਜੀ, ਕਾਲੇ ਥਣ ਲੱਗੇ ਨੇ, ਲਿਬਾਸ ਇਨਸ਼ਾਅੱਲਾ ਸੋਹਣਾ ਕਰੇ ਦੀ, ਫਿਲਹਾਲ 7-8 ਦਿਨ ਲਿੰਦੀ ਹੈ ਭਾਈ, ਸੋਹਣੀ ਪੰਡ ਦਾ ਝੱਡਾ ਕਰੇਗੀ, ਵੇਖੋ ਲਿਬਾਸ ਮਾਸ਼ਾਅੱਲਾ ਕਰਨ ਦਾ ਜੀ। ਠੀਕ ਹੈ, ਸੂਆ ਦੂਸਰਾ ਸੋਹਣਾ, ਦਿਨ 7-8 ਦੱਸੇ ਜੀ। ਹਾਂਜੀ, ਲਓ ਜੀ ਦੋਸਤਾਂ ਚੈੱਕ ਕਰ ਲਓ, ਮਾਸ਼ਾਅੱਲਾ ਜੀ ਕਾਲੇ ਥਣ ਲੱਗੇ ਨੇ, ਇਹ ਫਿਲਹਾਲ 2-4 ਪਹਿਲਾਂ ਵੀ ਡੰਗਰ ਸੂ ਸਕਦਾ। ਬਿਲਕੁਲ ਜੀ, ਆ ਜਿਹੜੇ ਸਾਡੀਆਂ ਕਿਹੜਾ ਘਰ ਦੀਆਂ ਹੁੰਦੀਆਂ ਨੇ, ਗੱਡੀ ਚ ਹੁੰਦੀਆਂ ਜਾਂਦੀਆਂ ਜਾਨਵਰ ਹਿੱਲ ਗਿਆ, ਪਹਿਲਾਂ ਵੀ ਸੂਸ ਆ ਭਾਈ। ਠੀਕ ਹੈ ਭਾਈ, ਸਵਾ ਟੋਰਿਓ ਜੀ। ਲਓ ਜੀ ਦੋਸਤੋ, ਵੈੜ ਨੰਬਰ 1 ਗੱਬਣ ਵੈੜ, ਸੂਆ ਦੂਸਰਾ, 7-8 ਦਿਨ ਲੈਂਦੀ ਵੀ ਮਾਸ਼ਾਅੱਲਾ, ਟੋਰ ਦੋਸਤਾਂ ਵੇਖ ਲੈਣੀ ਹੈ, ਲਿਬਾਸ ਚੈੱਕ ਕਰਨਾ। ਨਸਲ ਕੀ ਡੋਗਰ ਸਾਹਿਬ ਦੀ? ਭਾਈ ਫਰਾਦ ਫਰੀਜ਼ੀਅਨ ਤੇ ਸਾਈਵਾਲ ਕ੍ਰਾਸ, ਸਾਈਵਾਲ ਤੇ ਫਰੀਜ਼ੀਅਨ ਕ੍ਰਾਸ। ਲਓ ਜੀ ਦੋਸਤੋ, ਚੈੱਕ ਵੀ ਚੰਗਾ, ਗਰਮੀ ਸਰਦੀ ਦਾ ਵੀ ਕੋਈ ਭਾਰ ਨਹੀਂ ਹੋਏਗਾ, ਸੋਹਣਾ ਥਣ ਲੱਗਾ ਤੇ ਦੁੱਧ ਵੀ ਚਿੱਟਾ ਹੋਏਗਾ। ਠੀਕ ਜੀ ਡੋਗਰ ਸਾਹਿਬ, ਵੈੜ ਨੰਬਰ 1 ਦਾ ਰੇਟ ਸਬਰ ਸਾਹਿਬ, ਅਗਲਾ ਜਨਵਰ ਇਹ ਨਹੀਂ, ਇਹ ਚੈੱਕ ਕਰਾਣੀ ਹੈ ਫਰਮਾਸ਼ੀ ਗਾਂ ਜਿਹੜੀ ਹੈ। ਭਰਾ ਸਾਹਿਬ ਇਹ ਵੈੜੀ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ, ਫਾਈਨਲ ਰੇਟ ਹੈ 2,40,000 ਦੀ, ਜਿਹਨੂੰ ਪਸੰਦ ਹੋਏ ਟੋਕਨ ਕਰਵਾ ਦੇ। ਪਿਛਲੀ ਵੀਡੀਓ 'ਚ ਰਿਕੁਐਸਟ ਕੀਤੀ ਯਾਰ, ਜਿੰਨੇ ਕੁ ਦਿਨ ਮਸਰੂਫ ਆ ਨਾ ਉਨੇ ਕੁ ਦਿਨ ਮਾਜ਼ਰਤ, ਕੋਈ ਭਰਾ ਨਾਰਾਜ਼ ਨਾ ਹੋਇਆ, ਤਰ ਲੈ ਕਿ ਯਾਰ ਇੰਟਰਸਟਿਡ ਬੰਦਾ ਫੋਨ ਕਰਕੇ ਟੋਕਨ ਦੇ ਉੱਤੇ ਸੌਦਾ ਡਨ ਹੋਣਾ, ਇਸ ਤੋਂ ਮੈਂ ਡੇਰੇ ਨਹੀਂ ਹੁੰਦਾ ਅਤੇ ਮੈਂ ਅੱਗੇ ਪਿੱਛੇ ਹੁੰਦਾ ਵਾਂ, ਟੋਕਨ ਦੇ ਉੱਤੇ ਸੌਦਾ ਡਨ ਹੋਣਾ, ਜਿਹੜਾ ਜਾਨਵਰ ਜਿਹਨੂੰ ਪਸੰਦ ਆ ਟੋਕਨ ਕਰਵਾ ਦੇ, ਮੈਂ ਤਾਂ ਸਭ ਨੂੰ ਫੋਨ ਕਰਕੇ ਦੱਸਦਾ। ਠੀਕ, ਲਓ ਦੋਸਤੋ, ਕੀਮਤ ਡਿਮਾਂਡ 2,40,000, ਵੈੜ ਨੰਬਰ 1 ਸੀ ਇਹ, ਗੱਬਣ ਵੈੜ ਫਰੀਜ਼ੀਅਨ ਤੇ ਸਾਈਵਾਲ ਕ੍ਰਾਸ ਮਾਸ਼ਾਅੱਲਾ ਜੀ।
ਆ ਚੈੱਕ ਕਰ ਲਓ ਜੀ, ਅੱਗੇ ਆ ਗਈ ਹੈ ਨੰਬਰ 2 ਤੇ। ਆ ਸਾਹਿਬ ਕਹਿਣ ਨੂੰ ਮੈਂ ਵੀ ਇਹਦਾ 3 ਲੱਖ ਮੰਗ ਸਕਦਾ ਵਾਂ, ਪਰ ਉਹ ਮੁੱਲ 3-3 ਲੱਖ ਦੇ ਇੰਡੀਆਂ ਦੇ ਚੱਲਦੇ ਜੇ। ਇਹ ਨਾ ਆਖਿਓ ਜੇ ਕਿ ਸ਼ੇਰ ਬਾਗ ਵੀਡੀਓ ਬਣਵਾਈ ਹੈ, ਮੈਨੂੰ ਮੁੱਲਾਂ ਦਾ ਨਹੀਂ ਪਤਾ, ਸਭ ਕੁਛ ਪਤਾ ਸਾਰੀਆਂ ਛਾਵਾਂ ਦਾ ਹੀ ਹੈ। ਜਰਸੀ ਜਰਸੀ ਦੀ ਘੜੀ ਚੋਲਸਤਾਨੀ, ਹਾਂਜੀ ਮਾਸ਼ਾਅੱਲਾ ਜੀ, ਚੋਲਸਤਾਨੀ ਜਰਸੀ ਤੇ ਚੋਲਸਤਾਨੀ। ਇਹਦਾ ਤੁਸੀਂ ਦੋਸਤਾਂ ਨੂੰ ਚੈੱਕ ਕਰਾਓ ਤੇ ਮੈਂ ਇਹਦੀ ਵੀਡੀਓ ਕੱਢਦਾ, ਇਹਦੀ ਪੂਰੀ ਡਿਟੇਲ ਦੋਸਤਾਂ ਨੂੰ ਚੈੱਕ ਕਰਾਓ। ਭਾਈ ਇੱਥੇ ਜ਼ਰਾ ਸਿੱਧੀ ਕਰਿਓ, ਤੇ ਸਬਰ ਸਾਹਿਬ ਇੱਥੇ ਕਰਿਓ ਸਿੱਧੀ, ਆ ਚੈੱਕ ਕਰੋ ਮਾਸ਼ਾਅੱਲਾ ਜੀ, ਜਰਸੀ ਤੇ ਚੋਲਸਤਾਨੀ। ਚਿਹਰੇ ਦੀ ਖੂਬਸੂਰਤੀ ਵੇਖਣੀ ਹੈ, ਨਹਿਰਾ ਚੈੱਕ ਕਰਨਾ, ਮਾਸ਼ਾਅੱਲਾ ਸਿਹਤਮੰਦ ਜਿਸਮਤ ਪੂਰੀ ਪੂਰੀ ਫਰਮਾਇਸ਼ੀ ਚੀਜ਼ ਹੈ ਤੇ ਇੱਕ ਨਮੂਨਾ ਬ੍ਰਾਂਡ ਤੇ ਬਹੁਤ ਹੀ ਨਯਾਬ, ਜਿਹਨੂੰ ਕਹਿ ਰਹੇ ਬਹੁਤ ਨਯਾਬ ਚੀਜ਼ ਹੈ ਭਾਈ ਨਵੀਦ ਸਾਹਿਬ ਨੇ ਮੱਧੋ ਤੋਂ, ਮੱਧੋ ਕਾਹਲਵਾਂ ਤੋਂ, ਠੀਕ ਹੈ, ਜਰਮਨ ਤੋਂ ਆਏ ਸਨ ਪਿਛਲੇ ਸੂਏ, ਉਹਨਾਂ ਨੂੰ ਵੈੜੀ ਦਿੱਤੀ ਸੀ 3,20,000 ਦੀ ਮੇਰੇ ਡੇਰੇ 'ਤੇ, ਮੇਰੇ ਡੇਰੇ 'ਤੇ ਉਹਨਾਂ ਨੂੰ ਉਸੇ ਟਾਈਮ ਹੀ ਵੱਛੀ ਦਾ 3,90,000 ਰੁਪਈਆ ਬੰਦੇ ਦਿੰਦੇ ਹਨ ਇਸੇ ਵੱਛੀ ਦਾ ਹੀ। ਇਹ ਜੇ ਵੀਡੀਓ ਇਹ ਦੇਖੋ, ਠੀਕ, ਇਹ ਤਾਂ ਮਣਕ ਦਾ ਚੱਡਾ ਘਰ ਛੱਡਦੀ ਹੈ ਜੀ, ਇਹ ਤਾਂ ਵੈੜੀ 20 ਦਿਨ ਕੱਚੀ ਹੈ, ਐਵੇਂ ਦੇ ਲਿਬਾਸ ਨਜ਼ਰ ਆਉਂਦੇ। ਬਿਲਕੁਲ ਜੀ, ਇਹ ਵੀਡੀਓ 'ਚ ਸ਼ਾਮਲ ਹੈ, ਪੂਰੇ ਮਨ ਦਾ ਲਿਬਾਸ ਘੜ ਛੱਡਦੀ, ਠੀਕ ਹੈ, ਬਿਹਤਰ ਹੋ ਗਿਆ। ਆਨ ਦੀ ਰਿਕਾਰਡ ਅਗਰ ਕੋਈ ਦੋਸਤ ਕਹੇ ਤਾਂ ਲਿੰਕ ਵੀ ਆਈਏ ਦਾ, ਤੇ ਮਾਸ਼ਾਅੱਲਾ ਜੀ ਦਿਲ ਮੇਰਾ ਕਰਦਾ ਪਿਆ ਕਿ ਮੈਂ ਕਬੂਤਰੀ ਕਵਾਂ। ਤੀਸਰਾ ਸੂਆ ਨੇ ਸੋਨਾ, ਇਹ ਨੰਬਰ 2 ਤੇ ਆ ਗਈ ਮਾਸ਼ਾਅੱਲਾ ਜੀ, 15 ਕੁ ਦਿਨ ਲਿੰਦੀ ਹੈ ਵੀ ਕਾਲੇ ਥਣ ਲੱਗੇ ਨੇ। ਕਹਿਣ ਨੂੰ ਹਰ ਬੰਦਾ ਇਹਨੂੰ ਦੂਜਿਆਂ ਨੇ ਕਿਹਾ ਕਿ ਅਸੀਂ ਦੇ ਸਕਨੇ ਆ, ਪਰ ਨਹੀਂ, ਤੀਸਰਾ ਸੂਆ ਇਹਨੇ ਸੋਨਾ, ਠੀਕ ਹੈ, ਲੱਗਦੀ ਦੂਜਿਆਂ ਨੇ ਤੇ ਅੱਲਾ ਦੇ ਫਜ਼ਲ ਨਾਲ ਐਤਕੀ 23 ਪਲੱਸ ਹੋਏਗੀ। ਪੁੱਠਾ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਮੱਝਾਂ ਵਾਲਾ ਪੁੱਠਾ ਮਾਸ਼ਾਅੱਲਾ ਜੀ, ਉਹ ਸੰਦਾ ਅੰਡੇ ਜਰਸੀ ਤੇ ਚੋਲਸਤਾਨੀ, ਤੀਸਰਾ ਸੂਆ ਸੋਨਾ ਮਾਸ਼ਾਅੱਲਾ ਜੀ, 15 ਕੁ ਦਿਨ ਲਿੰਦੀ ਵੀ ਕਾਲੇ ਥਣ ਲੱਗੇ ਨੇ ਕੱਚੀ ਵਾਲੇ। ਜੀ ਡੋਗਰ ਸਾਹਿਬ, ਵੈੜ ਨੰਬਰ 2 ਦਾ ਸਾਹਿਬ, ਇਹ ਤੇ ਇੱਕ ਬ੍ਰਾਂਡ ਨਮੂਨਾ ਜੀ, ਇਹ ਦੋਸਤਾਂ ਨੇ ਸ਼ੌਕ ਕਰਵਾਇਆ ਤੇ ਚੀਜ਼ ਵੀ ਬੜੀ ਆਲਾ। ਬਿਲਕੁਲ ਜੀ, ਤੇ ਕਿਸੇ ਵੇ ਕੱਚੀ ਦਾ ਅਸੀਂ ਵੇਚਦੇ ਨਹੀਂ, ਇਹ ਵੇ ਕਿ ਅਸੀਂ ਵੀ ਅੱਗੇ ਪਿੱਛੇ ਰਹਿੰਦੇ ਹਾਂ, ਲੱਭੀ ਹੈ ਸਾਨੂੰ ਇਹ ਮੁਫਤ ਲੱਭੀ ਹੈ ਤਾਂ ਮੁਫਤ ਹੀ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ ਦੇਣੀ ਹੈ, ਕਿਸੇ ਭਰਾ ਦੋਸਤ ਨੂੰ ਪਸੰਦ ਹੋਏ। ਫਾਈਨਲ 2,85,000 ਦੀ ਐਸ ਜਾਂ 9, 2,85,000, 84 ਵੀ ਕਹੇ ਨਹੀਂ ਦੇਣੀ, ਠੀਕ ਹੈ। ਲੋ ਦੋਸਤੋ, 2,85,000 ਤੈਯਬ ਸਾਹਿਬ ਥਾਣੇ, ਇੱਕ ਦਫਾ ਫਿਰ ਚੈੱਕ ਕਰਾ ਦੋ, ਕਾਲੇ ਥਣ ਲੱਗੇ ਨੇ ਮਾਸ਼ਾਅੱਲਾ, 23 ਪਲੱਸ ਵਾਲਾ ਜਾਨਵਰ ਹੋਇਆ, ਠੀਕ ਹੈ, ਜਰਸੀ ਤੇ ਚੋਲਸਤਾਨੀ ਨਸਲੀ ਚੀਜ਼ ਹੈ ਮਾਸ਼ਾਅੱਲਾ ਜੀ। ਅੱਗੇ ਆ ਗਈ ਹੈ ਬੈਡ ਨੰਬਰ 3 ਵਾਈਟ, ਦੋਸਤਾਂ ਵੇਖ ਲੈਣੀ, ਪ੍ਰਿੰਟ ਚੈੱਕ ਕਰਨਾ ਭਾਈ, ਸਭ ਸਭ ਲਿਆਓ ਤੇ, ਇਹ ਵੀ ਮੋਨੀ ਭੋਲਾ ਸਾਹਿਬ ਲਿਆਓ ਜੀ, ਜਾ ਵੀ ਅੱਗੇ ਪਿੱਛੇ ਤੇ ਸੈਕਸ ਸਿਮਨ ਦੀ ਬੱਚੀ, ਦੂਸਰਾ ਸੂਆ ਫਿਲਹਾਲ ਬੋਲੇ ਤੇ ਹਾਈਟ ਦੋਸਤਾਂ ਵੇਖ ਲੈਣੀ, ਕਾਦਾਵਰ ਚੀਜ਼ ਹੈ ਮਾਸ਼ਾਅੱਲਾ ਜੀ, ਇਹਦਾ 24-25 ਲੀਟਰ ਦਾ ਪਿਛਲੇ ਸੂਏ ਦਾ ਰਿਕਾਰਡ ਹੈ, ਠੀਕ ਹੈ। ਹੁਣ ਮੌਜੂਦਾ ਕਿੰਨਾ ਬੋਲਾ ਦੇ ਕੋਲ? ਰਾਜ ਸਾਹਿਬ ਇਸ ਟਾਈਮ 18-20 ਲੀਟਰ ਹੈ, ਠੀਕ ਹੈ, ਪਿੱਛੇ ਦੇ ਬੱਚੀ ਮਾਸ਼ਾਅੱਲਾ। ਦੇਖੋ ਦੋ ਨੇ ਕਰਮਾਲੀਆਂ, ਕੋਈ ਭਰਾ ਦੋਸਤ ਹੈ ਸ਼ਾਇਦ ਦੇਣਾ ਚਾਹੇ, ਇਹਨਾਂ ਦੇ ਫੋਨ ਤੇ ਦੇ ਸਕਦਾ, ਠੀਕ ਹੈ। ਪਿੱਛੇ ਮਾਸ਼ਾਅੱਲਾ ਜੀ ਸੈਕਸ ਸਿਮਨ ਦੀ ਬੱਚੀ ਹੈ, ਵੈੜ ਨੰਬਰ 3 ਸੂਆ ਦੂਸਰਾ 18-20 ਲੀਟਰ। ਸਭ ਇਕੱਠੀ ਗਾਵਾਂ ਦੇ ਲਈ ਹੈ, ਬਾਕੀ ਗਾਵਾਂ ਆਉਣ ਤੇ ਫਾਰਮ ਦੇ ਉੱਤੇ ਜਿਹੜੇ ਤੋਂ ਆਉਂਦੀ ਹੈ ਨਾ ਗਾਂ, ਸਾਨੂੰ ਤੇ ਉਹਨਾਂ 30 ਲੀਟਰ ਦਾ ਰਿਕਾਰਡ ਦੱਸਿਆ, ਪਰ ਨਹੀਂ 24-25 ਕਿਲੋ ਤਾਂ ਦੱਸਦੇ ਲਾਟ ਗਾਵਾਂ ਦੀ ਆਉਂਦੀ ਹੈ, ਗਾਵਾਂ ਆਉਂਦੀਆਂ ਹਨ 20, ਬਾਕੀ ਗਾਵਾਂ ਉੱਧਰ ਨੇ ਅੰਦਰ ਨੇ ਵਾੜੇ ਦੇ ਵਿੱਚ,
ਤੇ ਵੇਖੋ ਮਗਰ ਸ਼ਹਿ ਕਿਹੜੀ ਹੈ। ਜ਼ਿੰਦਾਬਾਦ ਕਰਮਾਲੀਆਂ ਦੋ ਨੇ। ਠੀਕ ਹੈ ਖਿਲਾਰਾ ਭਾਈ, ਇੱਕ ਮਿੰਟ ਹੈ, ਤੁਹਾਨੂੰ ਦੋਸਤਾਂ ਚੈੱਕ ਕਰਾ ਲਈਏ। ਲੋ ਜੀ ਦੋਸਤਾਂ ਚੈੱਕ ਕਰੋ ਜੀ, ਥਾਂ ਤੇ ਲਿਬਾਸ ਵੇਖ ਲੈਣੇ, 4-5 ਦਿਨ ਹੋ ਗਏ ਨੇ, ਦੂਸਰਾ ਸੂਆ ਸੂਈਏ ਫਿਰ ਲਾਲ ਬੋਲ ਤੇ ਮਸ਼ਾਅੱਲਾ ਜੀ ਬੋਲਾ, ਦੁੱਧ ਵੀ ਚਿੱਟਾ। ਠੀਕ ਹੈ, ਇਹ ਚੈੱਕ ਕਰਿਓ, ਇੱਕ ਸਾਈਡ ਤੇ ਸਿੰਘ ਥੋੜਾ ਜਿਹਾ ਆਵੇ, ਦੂਸਰੇ ਤੇ ਨੀਤ ਸਬਰ ਸਾਹਿਬ ਮਾਮੂਲੀ ਜਿਹੀ ਆਈ ਹੈ। ਠੀਕ ਹੈ, ਕੰਨ ਛੋਟੇ ਨੇ ਮਾਸ਼ਾਅੱਲਾ, ਕੀ ਨਸਲ ਸੀਮਨ ਦੀ ਆਊਟਲਾ ਦੀ ਥੱਲੇ ਬੱਛੀ ਹੈ। ਠੀਕ ਹੈ, ਨਸਲ ਕੀ ਹੈ ਜੀ ਆਪਣੀ ਜਿਹੜੀ ਹੈ, ਇਹ ਡੱਚ ਤੇ ਚੋਲਸਤਾਨੀ ਕਰਾ, ਡੱਚ ਤੇ ਚੋਲਸਤਾਨੀ, ਪਿੱਛੇ ਸੈਕਸ ਸੀਮਨ ਆਊਟਲਾ ਦੀ ਬੱਛੀ, ਸੁਆ ਦੂਸਰਾ ਫਿਲਹਾਲ ਬੋਲੇ ਤੇ 18-20 ਲੀਟਰ ਬੋਲਾ ਜੀ। ਡੋਗਰ ਸਾਹਿਬ ਵੈਡ ਨੰਬਰ 3 ਦਾ ਰੇਟ ਭਰਾ ਸਾਹਿਬ ਕਿਹਾ, ਭਰਾ ਦੋਸਤ ਨੂੰ ਪਸੰਦ ਹੋਈ 3,30,000 ਦੀ ਫਾਈਨਲ ਫਾਈਨਲ ਯੈਸ ਤੇ ਨੋ, 29 ਦੀ ਵੀ ਨਹੀਂ ਦੇਣੀ, 3 ਫਾਈਨਲ ਰੇਟ ਫਾਈਨਲ ਨੇ ਅੱਜ, ਕਿਸੇ ਭਰਾ ਦੋਸਤ ਨੂੰ ਪਸੰਦ ਹੋਈ 30 ਦੇ ਪਸੰਦ ਹੋਈ ਟੋਕਨ ਕਰਵਾ ਦੇ, ਨਹੀਂ ਤਾਂ ਕੋਈ ਮਸਲਾ। 3,30,000 ਅੱਗੇ ਲੈ ਆਵੋ ਜੀ ਨੰਬਰ 4 ਵਾਲੀ ਤਸਵਰ ਸਾਹਿਬ ਆਈਓ ਜੀ, ਅੱਗੇ ਆ ਗਈ ਵੈਡ ਨੰਬਰ 4 ਮਾਸ਼ਾਅੱਲਾ ਜੀ, ਆ ਵੀ ਸੂਈ ਹੈ। ਹਾਂਜੀ ਇਹ ਵੀ ਚੁੰਗੀ ਹੈ ਮਾਸ਼ਾਅੱਲਾ, ਕੰਨ ਛੋਟੇ ਨੇ, ਇਹ ਵੈਡ ਨੰਬਰ 4 ਹਾਈਟ ਦੋਸਤਾਂ ਵੇਖ ਲੈਣੀ ਹੈ ਮਾਸ਼ਾਅੱਲਾ ਜੀ, ਪਿੱਛੇ ਦੇ ਵੀ ਬੱਚੀ ਬਾਈ ਲਵਾਇਓ, ਲੈ ਚਲੋ ਅੱਗੇ ਟੋਰੋ ਜੀ। ਡੋਗਰ ਸਾਹਿਬ ਕਿੰਨਵਾਂ ਸੁਆ ਸੂਈ ਹੈ ਭਰਾ ਸਾਹਿਬ, ਇਹ ਵੈਡੀ ਦੂਸਰਾ ਸੁਆ ਸੂਈ ਹੈ, ਮੂੰਹ ਛਿੱਗੀ ਹੈ ਛਿੱਗੀ, ਤੇ ਥੱਲੇ ਆ ਬੱਚੀ ਹੈ ਤੇ ਥੱਲੇ ਵੀ ਸੈਕਸੀ ਮੰਦੀ ਬੱਚੀ ਹੈ। ਠੀਕ ਹੈ, ਕਿੱਦਾਂ ਦੀ ਸੂਈ ਹੈ ਇਹ ਸੂਈ ਜਾਂ ਪਰਸੋਂ ਦੀ? ਠੀਕ ਹੈ, ਪਰਸੋਂ ਦੀ ਸੂਈ ਹੈ, 6 ਦੰਦ ਦੇ ਸੁਆ ਦੂਸਰਾ ਮਾਸ਼ਾਅੱਲਾ ਜੀ। ਨੰਬਰ 4 ਤੇ ਚੈੱਕ ਕਰਾਉਂਦੇ ਆਪਾਂ, ਸੈਕਸ ਸਿਮਨ ਦੀ ਪਿੱਛੇ ਦੇ ਬੱਚੀ ਹੈ, ਭੋਲਾ ਸਾਹਿਬ ਜਾ ਕੇ ਕਰੋ ਜ਼ਰਾ ਸਿੱਧਾ, ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਮੌਜੂਦਾ ਜਿਹੜਾ ਬੋਲਾ ਮਾਸ਼ਾਅੱਲਾ ਦੂਸਰਾ ਤੇ 6 ਦੰਦ ਲਾਮ ਤੇ ਹਾਈਟ ਦੋਸਤਾਂ ਦੇ ਸਾਹਮਣੇ, ਪਿੱਛੇ ਸੈਕਸ ਸਿਮਨ ਦੀ ਬੱਚੀ। ਟੋਰੋ ਭਾਈ ਜਾਨ ਕੀ ਨਸਲ ਹੈ ਡੋਗਰ ਸਾਹਿਬ ਦੀ? ਭਾਈ ਫਰਾਜ਼ ਇਹ ਫ੍ਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ। ਅੱਛਾ, ਇਹਦੇ ਥੱਲੇ ਵੀ ਡੱਚ ਦੀ ਬੱਚੀ ਹੈ ਤੇ ਪਿੱਛੇ ਡੱਚ ਨਸਲ ਦੀ ਬੱਚੀ, ਆਪੀ ਫ੍ਰੀਜ਼ੀਅਨ ਤੇ ਚੋਲਸਤਾਨੀ ਮਾਸ਼ਾਅੱਲਾ ਜੀ। ਵੈਡ ਨੰਬਰ 4 ਜੀ ਡੋਗਰ ਸਾਹਿਬ, ਵੈਡ ਨੰਬਰ 4 ਦਾ ਰੇਟ ਭਰਾ ਸਾਹਿਬ, ਇਹ ਕਿਸੇ ਭਰਾ ਦੋਸਤ ਨੂੰ ਪਸੰਦ ਹੋਈ, ਇਹ 3,45,000 3,45,000 ਅੱਗੇ ਲਿਆਓ ਭਾਈ ਸਬਰ, ਨੰਬਰ 4 ਤੇ ਚੈੱਕ ਕਰਾਈ, ਅੱਗੇ ਆ ਗਿਆ ਮਾਸ਼ਾਅੱਲਾ ਜੀ ਤੋਹਫਾ ਜੀ, ਲਿਬਾਸ ਵੇਖਣਾ, ਸੋਹਣੀ ਪੰਡ ਪਾਈਏ, ਵੈਡ ਨੰਬਰ 5 ਕਾਲੇ ਥਾਂ ਮਾਸ਼ਾਅੱਲਾ ਸਾਡੀ ਹੈ ਨਹੀਂ, ਆਹ ਕਹਿਣਾ ਨਹੀਂ ਤੇ ਸਰਗੋਦੇ ਮੈਂ ਵੇਖਣਦੇ ਅਗਲੇ ਦਿਨ ਵੀਡੀਓ, ਇੰਜ ਦੀ ਵੀ ਗਾਂ ਸੀ A to Z ਤੇ ਮੁੱਲ ਉਹਨਾਂ 10,00,000 ਪਾਤਾ ਸੀ ਗਰਲੈਂਡੋ ਛੇੜੀ ਸੀ। ਠੀਕ ਹੈ, ਤੇ ਬੰਦਿਆਂ ਲਈ ਵੀ ਸੀ ਗਰਲੈਂਡੋ, ਕਹਿ ਕੇ ਉਹਨਾਂ ਦੀ ਵਿਕੀ ਵੀ ਸੀ ਗਰਲੈਂਡੋ, ਕਤਾ ਨੀ ਇਸ ਰੰਗ ਚ ਤੇ ਡੱਬੇ ਰੰਗ ਚ ਗਰਲੈਂਡੋ ਆਏਗੀ ਨੀ, ਗਰਲੈਂਡੋ ਦਾ ਆਪਣਾ ਹੀ ਪ੍ਰਿੰਟ ਹੈ। ਆਜੋ ਦਾ ਅਲੱਗ ਹੀ ਨੰਬਰ 5 ਤੇ ਆ ਗਈ ਮਾਸ਼ਾਅੱਲਾ ਜੀ ਚੀਜ਼, ਦੋਸਤ ਵੀਡੀਓ ਜੋ ਕਹਿੰਦੇ ਨੇ ਤੇ ਜਿਹੜੇ ਦੋਸਤ ਲੈਣੀ ਜੋ ਹੋਏ ਗਰਲੈਂਡੋ ਕਰਕੇ ਲੈਣੇ, ਉਹ ਨੈਟ ਤੇ ਸਰਚ ਮਾਰ ਕੇ ਗਰਲੈਂਡੋ ਦਾ ਰਿਕਾਰਡ ਕਲਰ ਸਭ ਕੁਝ ਵੇਖ ਕੇ ਫਿਰ ਉਸ ਵਪਾਰੀ ਕੋਲ ਜਾਓ। ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ, ਵੈਡ ਨੰਬਰ 5 ਸੂਆ ਕਿੰਨਾ ਡੋਗਰ ਸਾਹਿਬ ਤੇ ਕਿੰਨਾ ਸੀ? ਦੂਸਰਾ ਸੂਆ ਮੂੰਹ ਛਿੱਗੀ ਹੈ ਤੇ 32-33 ਲੀਟਰ ਪਹਿਲੇ ਸੂਆ ਵਛੀ ਦਾ ਰਿਕਾਰਡ ਹੈ, ਇਹ ਚੈੱਕ ਕਰੋ ਪਹਿਲੇ ਸੂਏ ਦਾ, ਪਹਿਲੇ ਸੂਏ ਦਾ 3 ਚਵਾਈਆਂ ਦਾ 32-33 ਲੀਟਰ ਦਾ, ਇੱਕ ਦਿਨ ਜੀ 3 ਚਵਾਈਆਂ ਕਰਦੇ ਰਹੇ ਨੇ ਤਾਂ 32-33 ਲੀਟਰ ਦਾ ਰਿਕਾਰਡ ਹੈ। ਬੰਦੇ ਕਹਿੰਦੇ ਨੇ ਮੈਂ ਡਾਕਾ ਨਹੀਂ ਲਾਇਆ, ਮੈਂ ਇਸ ਚੀਜ਼ ਦਾ ਨਾਮ ਨਹੀਂ ਦਿਆਂਗਾ, ਮੇਰੀ ਵੈੜੀ ਨੂੰ ਡਾਕਾ ਨਹੀਂ ਜੇ ਲੱਗਾ ਹੈ। ਅੱਛਾ, ਤੁਹਾਨੂੰ ਵੀ ਅੱਗੇ ਤੁਸੀਂ ਵੀ ਕਸਮ ਲੈ ਤਸਵਰ ਕੋ ਲੈ ਆਂਦੇ ਸੋ ਡੋਗਰ ਸਾਹਿਬ ਲੜ ਪਏ, ਤੈਯਬ ਸਾਹਿਬ ਕੋ ਅੱਗੇ, ਤੈਯਬ ਸਾਹਿਬ ਨੇ ਤਸਵਰ ਕੋ ਕਸਮ ਲਈਏ, ਤਸਵਰ ਕਸਮ ਦੇ ਕੇ ਵੀ ਆਖਿਆ ਅਸੀਂ ਵੈੜੀ ਨੂੰ 10 ਮਿੰਟਾਂ ਦਾ ਵੀ ਡਾਕਾ ਨਹੀਂ ਜੇ ਲਾਇਆ। ਬਿਲਕੁਲ ਇਹ ਸੱਚੀ ਗੱਲ ਹੈ, ਇਹ ਨੂਰੀ ਵੈੜੀ ਕੋ ਇੰਨਾ ਜਿਹਾ ਹੈ ਕਿ ਬੇਸ਼ੁਮਾਰ ਇਹਦੇ ਕੋ ਨੂਰ ਹੈ ਤੇ ਮਾਸ਼ਾਅੱਲਾ ਜੀ। ਥਾਣਾ ਦੀ ਵੰਡ ਵੀ ਚੈੱਕ ਕਰਨੀ ਹੈ, ਲਿਬਾਸ ਚੈੱਕ ਕਰਨਾ, ਕਾਲੇ ਥਣ ਲੱਗੇ ਨੇ ਤੇ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਦੋਸਤਾਂ ਚੈੱਕ ਕਰਾ ਦਿੰਦੇ ਨੇ। ਅੱਗੋਂ ਤਾਂ ਅਗਲੀਆਂ ਗੱਲਾਂ ਤੇ ਨਸੀਬਾਂ ਦੀਆਂ,
ਸੋਨੇ ਮਾਲਕ ਦੇ ਘਰ ਚ ਉਮੀਦ ਹੈ ਐਤਕੀ ਜੀ ਬੈਠੀ 35 ਪਲੱਸ ਹੋਏ। ਠੀਕ ਹੈ, ਸੂਈ ਕਿਦਾਂ ਦੀ ਡੋਗਰ ਸਾਹਿਬ? ਫਰਾਜ਼ ਸਾਹਿਬ ਇਹ ਕੱਲ ਦੀ ਸੂਈ ਜੇ ਇਹਦੇ ਦੋ ਚਵਾਈਆਂ ਦਾ ਸੀ ਬੋਲਾ ਕੱਢਿਆ ਜੇ ਕੋਈ 24-25 ਕਿਲੋ। ਠੀਕ ਹੈ, ਦੋ ਇਹਦੀਆਂ ਚਵਾਈਆਂ ਹੀ ਹਨ, ਦੋ ਚਵਾਈਆਂ ਦੀ ਕੋਈ ਸਰਗੀ ਵੀ ਹੋਈ ਹੈ। ਠੀਕ, ਬਰਹਲ ਜਿਹੜਾ ਰਿਕਾਰਡ ਕੱਲ ਨੋਟ ਕੀਤਾ ਨਾ ਦੋ ਚਵਾਈਆਂ ਦਾ 24-25 ਲੀਟਰ ਬੋਲੇ ਦਾ ਕੀਤਾ ਜੇ, ਤੇ ਇਹ ਵੀ ਦੋ ਨੇ ਜਿਨ੍ਹਾਂ ਦੀ ਆਪ ਪਿੱਛੇ ਜਾ ਗਈ ਹੈ, ਵੱਛੀ ਹੈ ਇਹ ਜਾਂ ਹੁਣ 24-25 ਇੱਕ ਦਿਨ ਦਾ ਟੋਟਲ ਹੈ ਫਿਲਹਾਲ? ਹਾਂਜੀ, ਯਾਨੀ ਕਿ ਵੱਛੀ ਨੂੰ ਪਿਆ ਕੇ 24-25 ਕਿਲੋ ਦਾ ਕੋ ਬੋਲਾ ਚੋਇਆ। ਭੋਲਾ ਸਾਹਿਬ ਸਾਹਮਣੇ ਕਰੋ ਜੀ, ਪਿੱਛੇ ਦੇ ਵੱਛੀ ਵੱਛੀ ਕੋ ਜਿੰਨਾ ਕੋ ਝੂਠ ਮਾਰ ਛੜਨਾ ਉਹ ਤਾਂ ਬਹੁਤਾ ਨੂੰ ਨਾ ਨਜ਼ਰ ਆਉਂਦਾ ਪਿਆ ਭਾਈ। ਫਰਾਜ਼ ਮੇਰਾ ਫਿਰ ਦਿਲ ਕਰਦਾ ਟੋਰ ਕੇ ਵਹਾਣ ਨੂੰ ਤੁਹਾਨੂੰ। ਜੀ ਭਾਈ ਸਬਰ, ਬਿਸਮਿਲ੍ਲਾ ਜੀ। ਕਿਸ ਤਰ੍ਹਾਂ ਦੀ ਹੈ? ਇਹ ਟੁੱਟਾ ਚੱਡਾ ਨਹੀਂ, ਮਾਸ਼ਾਅੱਲਾ ਜੀ। ਜਾਨਵਰ ਦਾ ਹੁੰਦਾ ਟੁੱਟਾ ਚੱਡਾ, ਸਾਡਾਂ ਦੇ ਭਾਈ ਦਾ ਲਮਕਾਵਾ। ਵੇਖੋ ਸੋਹਣਾ ਲਿਬਾਸ ਹੈ, ਇਹ 10 ਸੂਏ ਵੀ ਘਬਰਾ ਦੋਸਤ ਰਹੇਗਾ ਤਾਂ ਚੱਡਾ ਨਹੀਂ ਟੁੱਟੇ। ਨਸਲ ਕੀ ਡੋਗਰ ਸਾਹਿਬ ਜੀ? ਭਾਈ ਫਰਾਜ਼, ਇਹ ਫਰੀਜ਼ੀਅਨ ਤੇ ਚੋਲਸਤਾਨੀ ਦੇ ਵਿੱਚ ਜਰਸੀ ਦਾ ਵੀ ਟੱਚ ਹੈ, ਬਹੁਤ ਨਵਾਬ ਨਸਲ ਹੈ ਫਰੀਜ਼ੀਅਨ ਚੋਲਸਤਾਨੀ ਤੇ ਜਰਸੀ। ਇੱਕ ਇਹ ਵੈੜੀ ਤੇ ਇੱਕ ਅੱਗੇ ਵਹਾਣ ਲਗਾ, ਗਰਮੀ ਦੀ ਗਰੰਟੀ ਹੋਏਗੀ। ਫਰੀਜ਼ਾਂ ਦੇ ਨਹੀਂ ਇਹਨਾਂ ਨੂੰ ਕਹਿ ਸਕਦੇ, ਬਰਹਾਲ ਗਰੰਟੀ ਹੋਏਗੀ। ਗਰਮੀਆਂ 'ਚ ਵੀ ਗਰਮੀ ਕਰਨਗੀਆਂ ਨਾ, ਤੇ ਵੈੜੀਆਂ ਮੇਰੀਆਂ ਹੋਣਗੀਆਂ। ਮੇਰੇ ਜਿਹੜਾ ਗਰਮੀਆਂ 'ਚ ਵੀ ਕਿਸੇ ਦੇ ਘਰ ਗਰਮੀ ਕਰਨ ਤਾਂ ਦੋਵੇਂ ਵੈੜੀਆਂ ਮੇਰੇ ਘਰ ਕੋ ਪਵਾ ਕੇ। ਜਿੰਦਾਬਾਦ ਡੋਗਰ ਸਾਹਿਬ। ਵੈੜ ਨੰਬਰ 5 ਦਾ ਰੇਟ ਫਰਾਜ਼ ਸਾਹਿਬ, ਦਸ ਲੱਖ ਇੰਦੀਆਂ ਦੇ ਮੁੱਲ ਚੱਲਦੇ ਨੇ। ਵੈੜੀ ਵਾਹਵਾ ਹੀ ਰੁਪਈਆਂ ਦੀ ਹੈ, ਪਰ ਹੱਲ ਹੁਣ ਮੌਜੂਦਾ ਟਾਈਮ ਦੁੱਧ ਥੋੜ੍ਹਾ, 24-25 ਕਿਲੋ ਹੈ ਤੇ ਕੋਈ ਥੋੜ੍ਹਾ। ਜਿਹੜੇ ਰਿਕਾਰਡ ਤੇ ਅਸੀਂ ਲਈ ਉਸ ਰਿਕਾਰਡ ਤੇ ਹੀ ਹੈ ਗਈ ਨਹੀਂ ਜੀ ਜੀ। ਜਿੱਦਣ ਉਸ ਰਿਕਾਰਡ ਤੇ ਗਈ, ਅਗਲੀ ਵੀਡੀਓ ਤੱਕ ਹੋਰ ਰਹੀ ਉਹ ਰਿਕਾਰਡ ਇਹਨੇ ਵੈੜੀ ਨੇ ਦਿੱਤਾ, ਇਹਦਾ ਰੇਟ ਹੋਰ ਹੋਏਗਾ। ਠੀਕ ਹੈ ਠੀਕ ਹੈ। ਅੱਜ ਆ ਵੈੜੀ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ, ਫਾਈਨਲ ਯੈਸ ਤੇ ਨੋ ਵਾਲਾ ਰੇਟ 4,20,000 ਰੁਪਏ। 4,20,000 ਵੈੜ ਨੰਬਰ 5 ਸੀ। ਮਾਸ਼ਾਅੱਲਾ ਜੀ, ਚੀਜ਼ ਅੱਛੀ ਹੈ, ਤਸੱਲੀ ਕਰਾ ਦਿੱਤੀ। ਸ਼ਾਇਦ 30-35 ਪਲੱਸ ਵਾਲੀ ਇਨਸ਼ਾਅੱਲਾ। ਅਗੇ ਲੈ ਆਓ ਜੀ, ਗੱਬਾ ਨੇ ਜੀ ਨੰਬਰ 6 ਤੇ ਆ ਗਈ ਮਾਸ਼ਾਅੱਲਾ ਜੀ। ਇਹ ਖੰਡ ਦਾ ਖਡਾਉਣਾ ਹੈ। ਠੀਕ ਹੈ ਜੀ, ਆ ਚੈੱਕ ਕਰੋ ਜੀ, ਰਸਾ ਮੂੰਹ ਹੋਣੀ ਹੈ ਠੀਕ ਹੈ ਕਿ ਨਹੀਂ? ਮਾਸ਼ਾਅੱਲਾ ਲੱਗਦੀ ਤਾਂ ਜੀ ਇਹ ਵੀ ਪੂਰਾ ਫਿਰ ਦਰਸ਼ਨ ਕਰਾਇਆ। ਆਓ ਫਿਰ ਵਹਾਈ ਦੋਂਦੀ ਜੇ ਚਿੰਗੂੜੀ ਦੋਂਦੀ। ਕੀ ਆ ਬਾਤ ਹੈ, ਖੇਡ ਜਾਣੀ ਹੈ। ਆ ਚੈੱਕ ਕਰੋ, ਖੇਡ ਖੇਡਣ ਮੱਲਣ ਦੀ ਉਮਰ ਹੈ। ਚੈੱਕ ਕਰੋ ਜੀ, ਦੋ ਦੰਦ ਪਹਿਲਣ ਵੈੜ ਹੈ ਮਾਸ਼ਾਅੱਲਾ ਜੀ, ਤੇ ਜਸਾਮਤ ਵੇਖ ਲੈਣੀ ਹੈ। ਚੈੱਕ ਕਰੋ ਜਸਾਮਤ, ਸਾਰੀਆਂ ਪਹਿਲਣ ਵੈੜਾਂ ਨੂੰ ਇਹ ਜਿਹਾ ਕਦ ਨਹੀਂ ਲੱਗਾ ਹੁੰਦਾ, ਤੋਹਫਾ ਹੀ ਹੈ ਮਾਸ਼ਾਅੱਲਾ ਜੀ। ਜੇ ਕੋਈ ਪਹਿਲਣ ਹੋਏ ਤੇ ਉਹ ਫਿਰ ਲਿੱਸੀ ਹੁੰਦੀ ਹੈ ਤੇ ਉੰਜੋ ਹੀ ਜਾਂਦੀ ਹੈ, ਕਦ ਕਰ ਜਾਂਦੀ। ਇਹ ਖੁੰਜੀ ਨਹੀਂ ਕਿ ਤੁਸੀਂ ਕਰਮਾ ਲਈ। ਹਾਂਜੀ ਗੱਲ ਹੈ ਜੀ। ਇਹ ਕਿੰਨੇ ਕੁ ਦਿਨ ਲੈਂਦੀ ਹੈ ਵੀ? ਹਾਂਜੀ, ਦਿਨ ਕਿੰਨੇ ਕੁ ਲੈਂਦੀ ਹੈ ਵੀ? ਰਾਜ ਸਾਹਿਬ, ਮੇਰਾ ਮੈਂ ਕਿੰਨਾ ਕੁ ਨਜ਼ਰ ਆਉਂਦਿਆਂ ਵਾਂ? ਸਿਰ ਤੁਹਾਡੇ ਵਾਲ ਨਜ਼ਰ ਆਉਂਦੇ ਜੇ ਵੀ ਤੇ ਵੇਖੋ ਮਾਸ਼ਾਅੱਲਾ ਐੜੀ ਦਾ ਕੱਦ ਫਿਰ। ਬਿਲਕੁਲ ਜੀ ਭਾਈ, ਸਬਰ ਸਿੱਧੀ ਕਰੋ ਜ਼ਰਾ, ਕੀ ਵਜ੍ਹਾ ਬਣੀ ਹੈ ਅੱਜ ਤੁਹਾਨੂੰ? ਲੋ ਜੀ ਦੋਸਤੋ, ਲਿਬਾਸ ਵੇਖ ਲੈਣਾ ਮਾਸ਼ਾਅੱਲਾ ਜੀ, ਨੰਬਰ 6 ਤੇ ਆ ਗਈ ਹੈ, ਪਹਿਲਣ ਵੈੜ ਹੈ, ਹਾਈਟ ਚੰਗੀ, ਕਾਦਾਵਰ ਚੀਜ਼ ਹੈ। ਦਿਨ ਡੋਗਰ ਸਾਹਿਬ ਕਿੰਨੇ ਕੁ ਲੈ ਰਹੀ ਹੈ? ਰਾਜ ਸਾਹਿਬ ਭਈਆ, 10-15 ਦਿਨ ਲੈਂਦੀ ਹੈ। ਮਾਲਕਾਂ ਜਿਹੜੇ ਦੱਸੇ ਨੇ, ਬਰਹਾਲ ਘੱਟ ਵੱਧ ਲਾਈਏ ਤਾਂ ਕੁਛ ਕਹਿ ਨਹੀਂ ਸਕਦੇ। ਠੀਕ ਹੈ, ਇਸ ਵੈੜੀ ਦੀ ਵੱਛੀ ਵੀ ਭਾਈ ਨਵੀਦ ਦੇ ਫਾਰਮ ਤੇ ਗਈ ਹੈ, ਇਸ ਟਾਈਮ 40 ਲੀਟਰ ਦੁੱਧ ਦੇ ਦਈ ਹੈ। ਲੋ ਜੀ ਦੋਸਤ, ਆ ਚੈੱਕ ਕਰੋ, ਮੈਂ ਨਾ ਬਾਹਰ ਟੁਰ ਗਏ ਨੇ ਥਣ। ਦੋਸਤਾਂ ਵੇਖ ਲੈਣੇ ਨੇ, ਵੰਡ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ। ਨੰਬਰ ਆ ਗਈ ਹੈ 6 ਤੇ, ਦੋ ਦੰਦ ਵੈੜ ਮਾਸ਼ਾਅੱਲਾ ਜੀ। ਪਹਿਲਾ ਸੁਆ ਸੁਣਿਆ 15 ਦਿਨ ਲੈਂਦੀ ਵੀ, ਸ਼ਾਈਨਿੰਗ ਵੀ ਦੋਸਤਾਂ ਵੇਖ ਲੈਣੀ, ਖੂਬਸੂਰਤੀ ਪ੍ਰਿੰਟ ਦੋਸਤਾਂ ਦੇ ਸਾਹਮਣੇ। ਨਸਲ ਕੀ ਡੋਗਰ ਸਾਹਿਬ ਜੀ? ਦੱਚ ਚੋਲਸਤਾਨੀ ਕਰਾਸ ਹੈ। ਠੀਕ ਹੈ, ਤੇ ਗਰਮੀ ਸਰਦੀ ਦੀ ਇਹਦੀ ਗਰੰਟੀ ਹੋਏਗੀ ਜੀ ਜੀ, ਤੇ ਅਗਲੀਆਂ ਗੱਲਾਂ ਹੁੰਦੀਆਂ ਨਾ ਨਸੀਬਾਂ ਦੀਆਂ ਜੀ ਜੀ। ਅਮੀਰ ਵੈੜੀ 40+ ਸਾਲੀ ਹੋਏਗੀ ਇਨਸ਼ਾਅੱਲਾ ਜੀ, ਅੱਲਾ ਜ਼ਾਤ ਤੇ ਕਰਮ ਕਰੇ। ਸ਼ਾਮਾਂ ਹੁੰਦੀਆਂ ਜੇ 35-40+ ਸਾਲੀਆਂ। ਲੈ ਆਓ ਭਾਈ ਸਬਰ, ਡੱਚ ਤੇ ਚੋਲਸਤਾਨੀ ਮਾਸ਼ਾਅੱਲਾ ਜੀ। ਸੂਆ ਪਹਿਲਾ ਗੱਬਣ 15 ਕਿਤੇ ਲਿੰਦੀ ਹੈ ਪਈ, ਜਮੂ ਦੋਂਦੀ ਉਮਰ ਵੇਖੋ ਹੀ ਹੈ ਕਿਹੜੀ ਹੈ ਵੈੜੀ। ਹਾਂਜੀ ਗੱਲ ਹੈ ਜੀ, ਤੇ ਤਸਵਰ ਸਾਹਿਬ ਪੂਰੇ ਰਾਜ਼ੀ ਹੁੰਦੇ ਨੇ ਪਏ, ਜਾਨਵਰ ਨੂੰ ਟੋਰ ਕੇ ਨਾ ਤਸੱਲੀ ਕਰਾਉਂਦੇ ਨੇ ਪਏ, ਤੇ ਖੁਸ਼ੀ ਦਾ ਇਜ਼ਹਾਰ ਵੇਖੋ ਕਿੰਨਾ ਕਰਦੇ ਨੇ ਪਏ, ਕਿਉਂਕਿ ਚੀਜ਼ ਅੱਛੀ ਹੈ, ਅੱਛੀ ਚੀਜ਼ ਵੇਖ ਕੇ ਖਿਡਾਉਣੇ ਨੇ ਫਰਾਜ਼ ਸਾਹਿਬ। ਬਿਲਕੁਲ ਜੀ, ਆਓ ਡੋਗਰ ਸਾਹਿਬ, ਇਹ ਜਿਹੜੇ ਥਾਂ ਤੇ ਬਚੇਗੀ ਉਹਨੇ ਸੋਨਾ ਘਰ ਛੜੇਗੀ। ਆਓ ਸਰ, ਵੈੜ ਨੰਬਰ 6 ਦਾ ਰੇਟ ਲਾਓ ਫਰਾਜ਼ ਸਾਹਿਬ। ਰੇਟ ਕਿ ਸਾਰਿਆਂ ਜਾਨਵਰਾਂ ਦੇ ਅੱਜ ਲਾਏ ਨੇ, ਇਹਦਾ ਵੀ ਲਾਣਾ। ਠੀਕ, ਪਿਛਲੀ ਵੀਡੀਓ 'ਚ ਮੈਨੂੰ
ਜਿੰਦਾਬਾਦ ਜੀ ਸਰ, ਬਹੁਤ ਸ਼ੁਕਰੀਆ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।